ਉੱਚ ਸਿੱਖਿਆ ਪ੍ਰਾਪਤ ਕੀਤੇ ਹੋਏ ਡਾਕਟਰਾਂ ਨੂੰ ਫੇਲ ਕਰ ਰਹੇ ਨੇ ਇਸ ਵਕਤ ਦੇਸੀ ਦਵਾਖਾਨੇ ਵਾਲੇ। ਅੱਜ ਖੁਲਾਸਾ ਕਰਨ ਜਾ ਰਹੇ ਹਾਂ ਇੱਕ ਦੇਸੀ ਦਵਾਖਾਨਾ ਦਾ, ਜਿੱਥੇ ਲੋਕਾਂ ਨੂੰ ਦਾਦ ਖਾਦ ਖੁਜਲੀ ਨਾਲ ਫੁਲਵਾਰੀ ਦੇ ਨਾਮ ਦੇ ਉੱਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਕੈਮਰਾ ਮੈਨ ਨੂੰ ਕਹਾਂਗੇ ਕਿ ਮੇਰੇ ਨਾਲ ਕੈਮਰਾ ਚੱਲਦਾ ਰਹੇ, ਕੈਮਰਾ ਬੰਦ ਨਾ ਹੋਵੇ, ਕਿਉਂਕਿ ਅੱਜ ਜਿਸ ਡਾਕਟਰ ਦਾ ਆਪਾਂ ਭਾਂਡਾ ਭੰਨਣ ਲਈ ਜਾ ਰਹੇ ਹਾਂ, ਦੱਸਣ ਜਾ ਰਹੇ ਹਾਂ ਕਿ ਕਿਸ ਪ੍ਰਕਾਰ ਉਹ ਲੋਕਾਂ ਨੂੰ ਬੇਵਕੂਫ ਬਣਾਉਂਦਾ ਫੁਲਵਾਰੀ ਦੇ ਨਾਮ ਦੇ, ਦਾਦ ਦੇ ਨਾਮ ਦੇ। ਆਓ ਦੇਖਦੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ, ਜਿੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੇ ਵਿੱਚ MBBS ਡਾਕਟਰ ਬੈਠੇ ਨੇ, ਜਿਹੜੇ ਸਕਿਨ ਸਪੈਸ਼ਲਿਸਟ ਨੇ, ਉਹਨਾਂ ਦੀਆਂ ਪੜ੍ਹਾਈਆਂ ਨੂੰ ਫੇਲ ਕਰ ਰਹੇ ਆ। ਇਹ ਦੇਸੀ ਦਵਾਖਾਨਾ ਵਾਲਾ ਦੇਖੋ, ਗਰੀਬ ਜਨਤਾ ਨੂੰ ਕਿਸ ਤਰ੍ਹਾਂ ਬੇਵਕੂਫ ਬਣਾਇਆ ਜਾ ਰਿਹਾ। ਇਹ ਰਿਸੈਪਸ਼ਨਿਸਟ ਵੀ ਰੱਖੇ ਹੋਏ ਨੇ, ਜਿਹੜੇ ਕਹਿ ਰਹੇ ਨੇ ਕਿ ਮੈਡਮ ਅਸੀਂ ਰੋਲਾ ਪਾਇਆ ਹੋਇਆ, ਮੈਡਮ ਅਸੀਂ ਤੁਹਾਡੇ ਡਾਕਟਰ ਸਾਹਿਬ ਨੂੰ ਮਿਲਣ ਆਏ ਹਾਂ, ਤੁਸੀਂ ਜਿਹੜੀ ਇਹ ਜਨਤਾ ਨੂੰ ਬੇਵਕੂਫ ਬਣਾ ਰਹੇ ਹੋ ਦੇਸੀ ਦਵਾਈਆਂ ਦੇ ਨਾਮ ਤੇ, ਤੁਸੀਂ ਲੋਕਾਂ ਨੂੰ ਕੰਜਰ ਕਰ ਰਹੇ ਹੋ, ਤੁਸੀਂ ਸਾਨੂੰ ਰੋਕ ਨਹੀਂ ਸਕਦੇ, ਵਿਦਆਊਟ ਪਰਮਿਸ਼ਨ ਜਾ ਨਹੀਂ ਸਕਦੇ, ਮੈਡਮ ਅਸੀਂ ਪਰਮਿਸ਼ਨ ਸਾਨੂੰ ਲੋੜ ਨਹੀਂ। ਹੁਣ ਦੇ ਡਾਕਟਰ ਸਾਹਿਬ ਕੋਲ ਜਾਂਦੇ ਆ, ਪਲੀਜ਼ ਮੈਮ ਤੁਸੀਂ ਮੇਰੀ ਬਾਜੂ ਛੱਡ ਦਿਓ, ਸਾਰੀ ਉਸ ਮੈਮ ਪਲੀਜ਼, ਮੈਮ ਪਲੀਜ਼, ਇਹ ਦਵਾਖਾਨੇ ਲੋਕਾਂ ਨੂੰ ਜਿਹੜੀ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ, ਡਾਕਟਰ ਸਾਹਿਬ ਨਾਲ ਮਿਲਾਂਦੇ ਆ। ਇਹ ਦੇਖੋ ਡਾਕਟਰ, ਡਾਕਟਰ ਸਾਹਿਬ ਬੇਸਿਕ ਨਹੀਂ ਜੀ, ਕੈਮਰਾ ਬੰਦ ਨਹੀਂ ਹੋਏਗਾ, ਕੈਮਰਾ ਤੁਹਾਡੀ ਗੱਲਬਾਤ ਨਹੀਂ ਚੱਲੇਗਾ। ਇਹ ਡਾਕਟਰ ਸਾਹਿਬ ਜਨਤਾ ਨੂੰ ਬੇਵਕੂਫ ਬਣਾ ਰਹੇ ਨੇ ਦਾਦ ਖਾਜ ਖੁਜਲੀ ਤੇ ਫੁਲਵੈਰੀ ਦੇ ਨਾਮ ਦੇ ਉੱਤੋਂ। ਕਹਿੰਦੇ ਨੇ ਅਸੀਂ ਫੁਲਵੈਰੀ ਜਿਹੜੀ ਹੈਗੀ ਨਾ, ਦੋ ਦਿਨਾਂ ਵਿੱਚ ਹੀ ਠੀਕ ਕਰਨ ਲੱਗ ਜਾਂਦੀ ਹੈ ਸਾਡੇ ਵੱਲੋਂ ਦਿੱਤੀ ਦਵਾਈ ਦੇ ਨਾਲ। ਦੇਖੋ ਕਿੰਨਾ ਵੱਡਾ ਝੂਠ, ਦੇਸੀ ਦਵਾਖਾਨੇ ਵਾਲੇ ਅੱਜ ਕੱਲ੍ਹ ਝੂਠ ਬੋਲਣ ਲੱਗ ਗਏ ਨੇ। ਇਹਨਾਂ ਦਾ ਆਪਾਂ ਅੱਜ ਖੁਲਾਸਾ ਗੱਲ ਹੈ, ਜਿਹੜਾ ਆਪਾਂ ਪੂਰੀ ਜਾਣਕਾਰੀ ਲੈਣੀ ਹੈ ਡਾਕਟਰ ਸਾਹਿਬ ਤੋਂ ਕਿ ਕਿਹੜੀ ਇਹ ਜੀ ਇਹਨਾਂ ਦੇ ਕੋਲ ਸੰਜੀਵਨੀ ਬੁੱਟੀ ਹੈ ਜਿਹਦੇ ਨਾਲ ਗਰੀਬ ਜਨਤਾ ਨੂੰ ਬੇਵਕੂਫ ਬਣਾਉਂਦੇ ਨੇ। ਤੁਸੀਂ ਜਨਤਾ ਨੂੰ ਬੇਵਕੂਫ ਬਣਾ ਰਹੇ ਤਾਂ ਮੰਨ ਲਓ ਜੀ, ਮੈਂ ਤੁਹਾਨੂੰ ਪੇਸ਼ੈਂਟ ਠੀਕ ਕੀਤੇ ਹੋਏ ਦਿਖਾਊਂਗਾ। ਤੁਸੀਂ ਪਹਿਲਾਂ ਦੱਸੋ ਕੀ ਤੁਸੀਂ ਸਕਿਨ ਸਪੈਸ਼ਲਿਸਟ ਡਾਕਟਰ ਤੋਂ ਜ਼ਿਆਦਾ ਵਧੀਆ ਹੋ ਗਏ? ਤੁਸੀਂ ਇਹ ਦੱਸੋ, ਤੁਸੀਂ ਜਿਹੜੇ ਬਾਹਰ ਬੈਠੀ ਜਨਤਾ ਉਹਨਾਂ ਨੂੰ ਕਿੰਨਾ ਬੇਵਕੂਫ ਬਣਾ ਰਹੇ ਹੋ, ਹਨਾ? ਗਰੀਬ ਜਨਤਾ ਹੀ ਤੁਹਾਨੂੰ ਮਿਲੀ ਹੈ, ਕੀ ਗੱਲ ਕੋਈ ਵਧੀਆ ਅਮੀਰ ਬੰਦਾ ਨਹੀਂ ਮਿਲੇ ਜਿੱਥੇ ਉਹ ਤੁਸੀਂ ਆਪਣਾ ਇੱਕ ਦੇਸੀ ਦਵਾਖਾਨਾ ਚਲਾ ਲੈਂਦੇ ਤੇ ਲੋਕਾਂ ਨੂੰ ਬੇਵਕੂਫ ਬਣਾ ਲੈਂਦੇ? ਮੈਡਮ ਇੱਥੇ ਗਰੀਬ ਵੀ ਆਉਂਦਾ, ਅਮੀਰ ਵੀ ਆਉਂਦਾ, ਹਰ ਇੱਕ ਨੂੰ ਸੈਟੀਸਫਾਈ। ਨਹੀਂ ਪਰ ਤੁਸੀਂ ਦੇਖੋ, ਗਰੀਬ ਜਨਤਾ ਨੂੰ ਬੇਵਕੂਫ ਬਣਾ ਰਹੇ ਹੋ, ਕਦੇ ਮੈਨੂੰ ਦੱਸੋ ਤੁਸੀਂ ਵੱਡੇ ਵੱਡੇ ਸਕਿਨ ਸਪੈਸ਼ਲਿਸਟ ਡਾਕਟਰਾਂ ਦੇ ਉੱਪਰ ਹੋ ਗਏ ਹੋ। ਇਹਦੇ ਵਿੱਚ ਜਿਹੜੇ ਬਾਹਰ ਬੈਠੇ ਸੀ ਉਹ ਉਹਨਾਂ ਦਾ ਕੰਪਿਊਟਰ ਸੈਂਟਰ ਆ, ਕੰਪਿਊਟਰ ਇੰਸਟੀਚਿਊਟ ਦੇ ਮਾਲਕ। ਡਾਕਟਰ ਸਾਹਿਬ ਦੀ ਜ਼ਬਾਨ ਥੋੜੀ ਥਰਥਰ ਹੋ ਰਹੀ ਹੈ, ਮੈਂ ਬੈਠ ਕੇ ਗੱਲ ਕਰਦੀ ਹਾਂ ਕਿਉਂਕਿ ਇਹਨਾਂ ਨੂੰ ਥੋੜਾ ਜਿਹਾ ਹੋ ਜਾਊਗਾ ਵੀ ਨਹੀਂ, ਆਪਾਂ ਬੈਠ ਕੇ ਸਾਰੀ ਜਾਣਕਾਰੀ ਲੈਂਦੇ ਹਾਂ। ਪਹਿਲਾਂ ਤਾਂ ਤੁਸੀਂ ਇਹ ਦੱਸੋ, ਮੈਨੂੰ ਤਾਂ ਇੰਝ ਲੱਗ ਰਿਹਾ ਵੀ ਬਾਹਰ ਬੈਠੀ ਗਰੀਬ ਜਨਤਾ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ, ਖਾਸ ਕਰਕੇ ਫੁਲਵੈਰੀ ਦੇ ਨਾਮ ਦੇ ਉੱਤੇ। ਅਸੀਂ ਫੁਲਵੈਰੀ ਦੇ ਇੱਕ ਦੋ ਦਾਗ ਪਹਿਲਾਂ ਔਰ ਆਨ ਦੀ ਸਪੌਟ ਮੌਕੇ ਤੇ ਠੀਕ ਕਰਕੇ ਦਿਖਾਉਂਦੇ ਹਾਂ, ਕੋਈ ਪੈਸਾ ਨਹੀਂ ਲੈਂਦੇ। ਪੇਸ਼ੈਂਟ ਨੂੰ ਪਹਿਲਾਂ ਠੀਕ ਕਰਕੇ ਫ੍ਰੀ ਆਫ ਕੋਸਟ ਤੇ ਭੇਜ ਦੇਈਦਾ, ਉਹ ਘਰੇ ਠੀਕ ਹੋ ਕੇ ਤਸੱਲੀ ਕਰਕੇ ਫੇਰ ਆਊਗਾ ਦੁਬਾਰੇ, ਫੇਰ ਪੈਸੇ। ਹਾਂਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਮੁੱਲਾਪੁਰ ਤੋਂ ਆਇਆ ਜੀ। ਤੇ ਤੁਸੀਂ ਇੱਥੇ ਝਾਂਸਲ ਕਲੀਨਿਕ ਵਿੱਚ ਠੀਕ ਕਿਉਂ ਆਏ? ਇਹ ਡਾਕਟਰ ਸਾਹਿਬ ਦੁਸ਼ਮਣ ਨੇ ਕਿਸ ਦੇ ਇਸ ਬਿਮਾਰੀ ਦੇ। ਅੱਛਾ, ਮੈਂ ਕਿਹਾ ਕਿਤੇ ਪੈਸਿਆਂ ਦੇ। ਪਹਿਲਾਂ ਲਾਲਚ ਨਹੀਂ ਬੰਦਾ ਹੈ। ਅੱਛਾ, ਪਹਿਲਾਂ ਲਾਲਚ ਨਹੀਂ ਕਰਦਾ, ਕਿਤੇ ਦਾ ਲਾਲਚ ਨਹੀਂ ਕੋ, ਸਿਰਫ ਭਲਾ। ਹਾਂ, ਤੇ ਤੁਹਾਨੂੰ ਕੀ ਬਿਮਾਰੀ ਆ? ਮੈਨੂੰ ਆ ਦੇਖੋ ਬਿਮਾਰੀ ਸੀਗੀ, ਆ ਦੇਖੋ ਸਾਰੇ ਮੂੰਹ ਦੇ ਉੱਪਰ ਸੀਗੀ। ਕੈਮਰਾਮੈਨ ਨੂੰ ਕਹਾਂਗੀ ਜਿਹੜਾ ਇਹਨਾਂ ਦੇ ਮੱਥੇ ਦੇ ਉੱਤੇ ਸਾਰੇ ਮੂੰਹ ਦੇ ਉੱਪਰ ਸੀ ਇਹ। ਓਕੇ, ਸਿਰ ਤਾਂ ਰਹਿ ਗਿਆ ਇਹਨਾਂ ਦੇ ਉੱਪਰ ਸਾਹਮਣੇ ਆ। ਆ ਦੇਖ ਲਓ, ਡਾਕਟਰ ਚਾਂਸਲ ਕਲੀਨਿਕ ਦੇ ਵਿੱਚ ਡਾਕਟਰ ਬਲਜੀਤ ਚਾਂਸਲ ਨੇ ਇਸ ਮਰੀਜ਼ ਦੀ ਫੁਲਵੈਰੀ ਸਹੀ ਕੀਤੀ ਹੈ ਤੇ ਮਰੀਜ਼ ਦਾ ਕਹਿਣਾ ਇਹ ਹੈ ਕਿ ਇਹਦੇ ਸਾਰੇ ਫੇਸ ਦੇ ਉੱਤੇ ਫੁਲਵੈਰੀ ਸੀ, ਹੁਣ ਦਾਗ ਥੋੜਾ ਜਿਹਾ ਰਹਿ ਗਿਆ। ਕਿੰਨੇ ਸਮੇਂ ਤੋਂ ਫੁਲਵੈਰੀ ਸੀ ਤੁਹਾਡੀ? ਹੋ ਗਏ ਤਾਂ 20-22 ਸਾਲ ਹੋ ਗਏ ਨੇ। ਤੇ ਤੁਸੀਂ ਦਵਾਈ ਕਿੰਨੇ ਸਮੇਂ ਤੋਂ ਖਾ ਰਹੇ ਹੋ? ਮੈਂ ਹੋ 6 ਮਹੀਨੇ ਹੋ ਗਏ ਦਵਾਈ ਖਾਣ ਨੂੰ। ਤੇ 6 ਮਹੀਨੇ ਤੁਹਾਡੀ ਸਾਰੀ ਫੁਲਵੈਰੀ ਠੀਕ ਹੋ ਗਈ? ਬਿਲਕੁਲ ਸੈੱਟ ਹੋ ਗਈ ਜੀ। ਓਕੇ, ਤੇ ਹੁਣ ਜਿਹੜਾ ਦੱਸੋਗੇ ਵੀ ਤੇ 6 ਮਹੀਨੇ ਦੀ ਫੁਲਵੈਰੀ ਜਿਹੜੀ ਤੁਸੀਂ ਦਵਾਈ ਲਈ ਹੈ, ਤੁਹਾਡਾ ਕਿੰਨਾ ਕੁ ਖਰਚ ਹੋ ਗਿਆ? ਉਹ ਮੈਡਮ ਮੈਂ ਨਹੀਂ ਹਿਸਾਬ ਕਿਤਾਬ ਲਾਇਆ, ਉਹ ਫੇਰ ਤਾਂ ਚਿਹਰਾ ਬਣ ਗਿਆ, ਚਿਹਰਾ ਤਾਂ ਬਣ ਗਿਆ। ਤੇ ਇਹ ਦੱਸੋ ਤੁਸੀਂ ਕਿ ਤੁਸੀਂ ਇੱਥੇ ਚਾਂਸਲ ਕਲੀਨਿਕ ਕਿਉਂ ਪਹੁੰਚੇ? ਫੁਲਵੈਰੀ ਦੀ ਦਵਾਈ ਤਾਂ ਹੋਰ ਵੀ ਦਿੰਦੇ ਆ। ਇਹਨਾਂ ਦੀ ਦਵਾਈ ਸੀ ਜਿਹੜੀ ਨਾ, ਮੈਂ ਹੋਰ ਹੀ ਬੰਦਾ ਸੁਣੀ ਸੀ, ਕਹਿੰਦੇ ਇਹ ਦੁਸ਼ਮਣ ਆਏ
ਫਲਵੈਰੀ ਦਾ, ਫਲਵੈਰੀ ਦਾ ਡਾਕਟਰ ਬਲਜੀਤ ਚਾਂਸਲ ਫਲਵੈਰੀ ਦੀ ਬਿਮਾਰੀ ਦੇ ਦੁਸ਼ਮਣ ਨੇ। ਓਕੇ, ਜਿਹੜਾ ਇੱਥੇ ਆ ਗਿਆ ਰਾਜੀ ਹੋ ਕੇ ਜਾਊਗਾ। ਜਿਹੜਾ ਇੱਥੇ ਆ ਗਿਆ ਨਾ ਕਲੀਨਿਕ ਦੇ ਵਿੱਚ, ਡਾਕਟਰ ਸਾਹਿਬ ਹੱਸ ਰਿਹਾ ਸਾ, ਇਹਦੇ ਉਹਦੇ ਠੀਕ ਹੋ ਰਹੇ ਹੋਣਾ। ਲਓ ਜੀ, ਡਾਕਟਰ ਬਲਜੀਤ ਚਾਂਸਲ ਦੇ ਕੋਲੋਂ ਦਵਾਈ ਲਏ ਹੋਏ ਮਰੀਜ਼ ਜਿਸਦੀ ਫਲਵੈਰੀ ਸੀਗੀ, ਉਸਦਾ ਕਹਿਣਾ ਆ ਕਿ ਡਾਕਟਰ ਬਲਜੀਤ ਚਾਂਸਲ ਜਿਹੜੇ ਨੇ ਫਲਵੈਰੀ ਦੇ ਦੁਸ਼ਮਣ ਨੇ। ਔਰ ਇਹ ਮਰੀਜ਼ ਆਇਆ ਮੁੱਲਾਪੁਰ ਤੋਂ, ਔਰ ਇਹ ਸਾਫ ਸ਼ਬਦਾਂ ਦੇ ਵਿੱਚ ਕਹਿ ਰਿਹਾ ਕਿ ਡਾਕਟਰ ਬਲਜੀਤ ਚਾਂਸਲ ਦੀ ਜਿਹੜੀ ਦਵਾਈ ਹੈ ਉਹਦੇ ਹੱਥ ਦੇ ਵਿੱਚ ਹੀ ਜਸ ਹੈ ਤੇ ਦਵਾਈ ਦਾ ਅਸਰ ਉਹਨਾਂ ਦੇ ਚਿਹਰੇ ਤੇ ਦਿਖ ਰਿਹਾ। ਤੁਸੀਂ ਇੱਕ ਗੱਲ ਦੱਸੋ, ਤੁਸੀਂ ਨਾ ਔਨ ਦੀ ਸਪੋਰਟ ਹੈ ਨਾ ਦਾਗ ਠੀਕ ਕਰਦੇ ਹੋ, ਤੁਸੀਂ ਸਕਿਨ ਸਪੈਸ਼ਲਿਸਟ ਡਾਕਟਰ ਨੂੰ ਮਾਤ ਦੇ ਰਹੇ ਹੋ। ਮੈਡਮ, ਇਹ ਸਾਡਾ ਦੇਸੀ ਫਾਰਮੂਲਾ ਵਾ, ਸਾਨੂੰ ਬਖਸ਼ਾ ਇਹ ਜਾਂਦੀ ਬਾਬਾ ਬਾਲਕਨਾਥ ਦੀ ਬਖਸ਼ਾ, ਉਹਦੇ ਥਰੂ ਅਸੀਂ ਇਹ ਕਰ ਰਹੇ ਹਾਂ। ਪਹਿਲਾਂ ਅਸੀਂ ਕਿਸੇ ਤੋਂ ਵੀ ਪੈਸੇ ਨਹੀਂ ਲੈ ਸਕਦੇ। ਤੁਸੀਂ ਬਾਬਾ ਬਾਲਕਨਾਥ ਦਾ ਨਾਮ ਲੈ ਲਿਆ ਹੈ ਨਾ, ਪਹਿਲਾਂ ਤਾਂ ਦੇਸੀ ਦਵਾਖਾਨਾ, ਹੁਣ ਬਾਬਾ ਬਾਲਕਨਾਥ, ਤੁਸੀਂ ਕਿਤੇ ਲੋਕਾਂ ਨੂੰ ਬਾਬੇ ਦੇ ਨਾਮ ਦੇ ਉੱਤੇ ਬੇਵਕੂਫ ਨਹੀਂ ਬਣਾ ਰਹੇ? ਮੈਡਮ, ਜਦੋਂ ਪਹਿਲਾਂ ਮੈਂ ਇੱਕ ਦਾਗ ਠੀਕ ਹੀ ਕਰਦਾ, ਸਾਨੂੰ ਲੱਗ ਰਿਹਾ ਵੀ ਚਾਂਸਲ ਕਲੀਨਿਕ ਦਾ ਲੋਕਾਂ ਨੂੰ ਚਾਂਸਲ ਦੇ ਕੇ ਪੈਸੇ ਬਟੋਰ ਰਹੀ ਹੈ। ਜਦੋਂ ਮੈਡਮ ਤੁਹਾਡਾ ਜਿਵੇਂ ਹੁਣ ਦੰਦ ਦਰਦ ਹੁੰਦਾ, ਜੇ ਮੈਂ ਦਵਾਈ ਦਿੱਤੀ ਨਾਲ ਦੀ ਨਾਲ ਠੀਕ ਹੋ ਗਿਆ ਤਾਂ ਉਹਨੂੰ ਚਾਂਸਾ ਥੋੜਾ ਕਹਾਂਗੇ, ਉਹ ਤਾਂ ਠੀਕ ਹੋ ਗਿਆ। ਇਸੇ ਤਰ੍ਹਾਂ ਜਿਹੜਾ ਫਰਵਰੀ ਦੇ ਚਿੱਟੇ ਦਾਗ ਨੇ, ਜਦੋਂ ਅਸੀਂ ਇੱਕ ਦੋ ਦਾਗ ਅਸੀਂ ਪਹਿਲਾਂ ਫ੍ਰੀ ਠੀਕ ਕਰਕੇ ਦਿਖਾ ਦਾਂਗੇ 5 ਮਿੰਟਾਂ ਦੇ ਵਿੱਚ, ਤਾਂ ਫੇਰ ਉਹ ਕੋਈ ਚਾਂਸਾ ਨਹੀਂ ਰਹਿੰਦਾ। ਅਸੀਂ ਖੰਡ ਨੂੰ ਖੰਡ ਕਹਿ ਕੇ ਵੇਚਦੇ ਹਾਂ, ਗੁੜ ਨੂੰ ਗੁੜ ਕਹਿ ਕੇ ਵੇਚਦੇ ਹਾਂ। ਤੁਸੀਂ ਇੱਥੇ ਚਾਂਸਾ ਕਲੀਨਿਕ ਚ ਕੀ ਕਰ ਰਹੇ ਹੋ ਬੈਠੇ? ਮੈਂ ਦਵਾਈ ਲੈਣ ਆਇਆ ਮੈਡਮ। ਕਿਸ ਚੀਜ਼ ਦੀ? ਮੇਰੇ ਪੇਟ ਚ ਪ੍ਰੋਬਲਮ ਆ, ਦਰਦ ਹੁੰਦਾ ਹੈ। ਮੈਂ ਬਾਕੀ ਡਾਕਟਰਾਂ ਕੋਲ, ਮੈਨੂੰ 1.5 ਸਾਲ ਹੋ ਗਿਆ ਦਵਾਈ ਖਾਂਦੇ ਨੂੰ, ਇੱਥੇ ਮੈਨੂੰ ਆਰਾਮ ਲੱਗਿਆ। ਮੈਂ ਤਾਂ ਹੀ ਆਉਣਾ, ਮੇਰਾ ਕੋਈ ਦਿਮਾਗ ਖਰਾਬ ਥੋੜੀ ਮੈਡਮ ਮੈਂ ਇੱਥੇ ਆਵਾਂ। ਦਿਮਾਗ ਖਰਾਬ ਦੀ ਗੱਲ ਤਾਂ ਇਹ ਹੈ ਨਾ ਕਿ ਦੇਖੋ, ਤੁਸੀਂ ਵੱਡੇ ਵੱਡੇ ਡਾਕਟਰਾਂ ਨੂੰ ਛੱਡ ਕੇ ਸਪੈਸ਼ਲਿਸਟਾਂ ਨੂੰ ਤੇ ਦੇਸੀ ਦਵਾਖਾਨੇ 'ਚ ਬੈਠੇ ਹੋ। ਬੈਠੇ ਆ, ਤਾਂ ਪੁੱਛ ਰਹੇ ਆ ਜੀ, ਜੇ ਸਾਨੂੰ ਕੋਈ ਫਾਇਦਾ ਤਾਂ ਹੀ ਅਸੀਂ ਬੈਠੇ ਆ। ਮੈਂ ਸੱਚ ਕਹਿ ਰਿਹਾ ਮੈਡਮ, ਮੈਂ ਬਰਨਾਲਾ ਤੋਂ ਆ ਰਿਹਾ, ਮੈਂ ਵੱਡੇ ਵੱਡੇ ਡਾਕਟਰਾਂ ਕੋਲੋਂ ਦਵਾਈ ਲੈ ਕੇ ਥੱਕ ਚੁੱਕਾ, 1.5 ਸਾਲ ਤੋਂ ਮੈਨੂੰ ਇਹ ਪ੍ਰੋਬਲਮ ਆ। ਮੈਨੂੰ ਹੁਣ 70% ਫਾਇਦਾ ਹੈ, 120 ਰੁਪਏ ਹਫ਼ਤੇ ਦੀ ਮੈਂ ਦਵਾਈ ਲੈਂਦਾ ਇਹਨਾਂ ਕੋਲੋਂ। ਲਓ ਜੀ, ਚਾਂਸਲ ਕਲੀਨਿਕ ਵਾਲਾ ਦੀ ਦਵਾਈ ਦਾ ਰੇਟ ਵੀ ਦੱਸ ਦਿੱਤਾ, ਹਫਤੇ ਦੀ ਸਿਰਫ 120 ਰੁਪਏ। ਤੁਸੀਂ ਖੰਡ ਨੂੰ ਖੰਡ ਕਹਿ ਕੇ ਵੇਚਦੇ ਹੋ, ਗੁੜ ਨੂੰ ਗੁੜ ਕਹਿ ਕੇ ਵੇਚਦੇ ਹੋ, ਦਾਦ ਖਾਜ ਖੁਜਲੀ ਤੇ ਫੁਲਵੈਰੀ ਦਾ ਤੁਸੀਂ ਆਪਣੇ ਆਪ ਨੂੰ ਮਾਹਰ ਦੱਸਦੇ ਹੋ, ਪਰ ਤੁਹਾਡੇ ਕੋਲ ਇੱਕ ਬਾਹਰ ਸਰਦਾਰ ਮਰੀਜ਼ ਬੈਠਾ ਸੀ ਜਿਹਦੇ ਪੇਟ ਵਿੱਚ ਪ੍ਰੋਬਲਮ ਸੀ। ਕੀ ਉਹਦੇ ਪੇਟ ਵਿੱਚ ਖਾਜ ਸੀ ਕਿ ਦਾਦ ਸੀ ਕਿ ਫੁਲਵੈਰੀ ਸੀ? ਜਿਹੜਾ ਪੇਟ ਦੀ ਬਿਮਾਰੀ ਵਾਲਾ ਵੀ ਸਾਡੇ ਕੋਲੇ ਆਉਂਦੇ ਨੇ, ਉਹ ਘੱਟੋ ਘੱਟ ਜਿਹੜਾ ਮੇਰਾ ਬਰਨਾਲੇ ਤੋਂ ਆਏ ਹੋਏ ਨੇ ਤੇ 2-3 ਮਹੀਨੇ ਹੋ ਗਏ ਉਹਨੂੰ ਆਉਂਦੇ ਨੇ। ਮੈਡਮ, ਜਿਹੜੇ ਦਵਾਈ ਲਗਾਤਾਰ ਖਾਂਦੇ ਆ ਉਹ ਤਾਂ ਠੀਕ ਹੋਣਗੇ, ਜਿਹੜੇ ਨਹੀਂ ਖਾਂਦੇ, ਕਿਸੇ ਨੇ ਸਵੇਰੇ ਖਾ ਲਈ, ਦੁਪਹਿਰੇ ਖਾ ਲਈ, ਜਾਂ ਦੂਰੋਂ ਆਉਂਦਾ ਤਾਂ ਉਹ ਤੋਂ ਆ ਨਹੀਂ ਹੁੰਦਾ, ਜਾਂ ਕੋਈ ਪੈਸੇ ਦੀ ਪ੍ਰੋਬਲਮ ਆ ਜਾਂਦੀ ਹੈ। ਇਸ ਤਰ੍ਹਾਂ 10% 15% ਜਿਹੜੇ ਪੇਸ਼ੈਂਟ ਨੇ ਉਹ ਨਹੀਂ ਠੀਕ ਹੁੰਦੇ। ਹੁਣ ਇਹ ਵੀ ਦੱਸ ਦਿਓ, ਲਗਾਤਾਰ ਖਾਊਗਾ ਉਹ ਠੀਕ ਹੋਊਗਾ ਹੀ ਹੋਊਗਾ। ਓਕੇ, ਹੁਣ ਇਹ ਵੀ ਦੱਸ ਦਿਓ ਕਿ ਤੁਸੀਂ ਚਾਂਸਲ ਕਲੀਨਿਕ ਲੁਧਿਆਣਾ ਦੇ ਵਿੱਚ ਕਿੰਨੇ ਸਾਲ ਤੋਂ ਚਲਾ ਰਹੇ ਹੋ? ਇਹ ਸਾਡੀ ਜੀ ਕਲੀਨਿਕ ਜਿਹੜੀ ਹੈ 85 ਸਾਲ ਤੋਂ ਚੱਲ ਰਹੀ ਹੈ। 1985 ਤੋਂ ਚੱਲ ਰਹੀ ਹੈ, ਤੇ ਹੁਣ ਇਹ ਵੀ ਦੱਸੋ ਕਿ 1985 ਤੋਂ ਲੈ ਕੇ ਅੱਜ ਤੱਕ ਤੁਹਾਡੇ ਕੋਲ ਜ਼ਿਆਦਾਤਰ ਕਿਹੜੀ ਬਿਮਾਰੀ ਦੇ ਮਰੀਜ਼ ਆਏ ਨੇ? ਮੇਰੇ ਕੋਲੇ ਜ਼ਿਆਦਾ ਫੁਲਵੈਰੀ ਦੇ, ਦਾਤ ਚੰਬਲ ਦੇ, ਗੰਜਾਪਣ ਦੇ, ਮੋਟੇ ਹੋਣ ਦੇ, ਕੱਦ ਲੰਬੇ ਦੇ, ਸ਼ਾਹੀਆਂ ਦੇ, ਇਹ ਪੇਸ਼ੈਂਟ ਆਉਂਦੇ ਨੇ। ਕਹਿੰਦੇ ਨੇ ਅਨਪੜ੍ਹ ਬੰਦੇ ਨੂੰ ਤਾਂ ਬੇਵਕੂਫ ਬਣਾਉਣਾ ਬਹੁਤ ਆਸਾਨ ਹੈ, ਪਰ ਦੇਖੀ ਤਾਂ ਪੜ੍ਹੇ ਲਿਖੇ ਬੇਵਕੂਫ ਬਣ ਰਹੇ ਨੇ ਚਾਂਸਲ ਕਲੀਨਿਕ ਦੇ ਵਿੱਚ। ਸਰਦਾਰ ਜੀ, ਆਪਾਂ ਇੱਥੇ ਕੀ ਕਰ ਰਹੇ ਹਾਂ? ਮੈਡਮ, ਮੈਂ ਇੱਕ ਆਪਣਾ ਪੇਸ਼ੈਂਟ ਲੈ ਕੇ ਆਇਆ। ਤੇ ਮੈਨੂੰ ਇਹ ਦੱਸੋ, ਤੁਹਾਨੂੰ ਦੇਖ ਕੇ ਲੱਗਦਾ ਤੁਸੀਂ ਵੈਲ ਐਜੂਕੇਟਡ ਹੋ, ਪਰ ਕੀ ਗੱਲ, ਸਪੈਸ਼ਲਿਸਟ ਡਾਕਟਰ ਨਹੀਂ ਹੈਗੇ ਜੋ ਦੇਸੀ ਦਵਾਖਾਨੇ ਪਹੁੰਚੇ ਹੋ? ਮੈਂ ਪਿਛਲੇ 1 ਸਾਲ ਤੋਂ ਡਾਕਟਰ ਚਾਂਸਲ ਕਲੀਨਿਕ ਲੁਧਿਆਣਾ ਨਾਲ ਜੁੜਿਆ ਹੋਇਆ। ਮੈਂ ਕਾਫੀ ਸਾਰੇ ਪੇਸ਼ੈਂਟ ਇੱਥੇ ਲੈ ਕੇ ਆਉਣਾ,
ਜਿਹਨਾਂ ਨੂੰ ਬਹੁਤ ਜਲਦ ਹੀ ਆਰਾਮ ਆਇਆ ਵਾ। ਹੁਣ ਇਸ ਪੇਸ਼ੈਂਟ ਨੂੰ ਵੀ ਮੈਂ ਲੈ ਕੇ ਆਇਆ, ਇਹ ਪੇਸ਼ੈਂਟ ਦੂਸਰੀ ਵਾਰੀ ਇੱਥੇ ਮੇਰੇ ਨਾਲ ਆ ਰਿਹਾ ਵਾ ਔਰ ਇਹਨੂੰ ਵੀ ਸਕਿਨ ਦੀ ਪ੍ਰੋਬਲਮ ਜਿਹੜੀ ਫੁਲਵੈਰੀ ਹੈ ਉਹਦਾ ਆਰਾਮ ਹੈ ਔਰ ਇਹ ਡਾਕਟਰ ਸਾਹਿਬ ਔਨ ਦੀ ਸਪੋਟ ਹੀ ਦੋ ਦੋ ਡਾਕਟਰ ਠੀਕ ਕਰ ਦਿੰਦੇ ਨੇ। ਇਹਨਾਂ ਦੀ ਫੁਲਵੈਰੀ ਕਿੱਥੇ ਸੀ? ਇਹਨਾਂ ਦੀ ਫੁਲਵੈਰੀ ਅੰਦਰ ਸੀ ਜੀ, ਪੇਟ ਦੇ ਕੋਲ। ਤੇ ਕਿੰਨੇ ਸਮੇਂ ਤੋਂ ਇਲਾਜ ਕਰਵਾ ਰਹੇ ਨੇ ਇਹ? ਇਹਨਾਂ ਨੂੰ ਹਾਰਡਲੀ ਹਲੇ ਮੇਰੇ ਨਾਲ ਮਹੀਨਾ ਡੇਢ ਮਹੀਨਾ ਹੀ ਹੋਇਆ ਜੀ, ਦੂਸਰੀ ਸ਼ਿਫਟ ਹੈ ਇਹਨਾਂ ਦੀ। ਪਹਿਲੇ ਦੋ ਦਾ ਡਾਕਟਰ ਸਾਹਿਬ ਨੇ ਇਹਨਾਂ ਦੇ ਫ੍ਰੀ ਔਨ ਦੀ ਸਪੋਟ ਹੀ ਠੀਕ ਕਰਤੇ। ਤੁਹਾਨੂੰ ਤੁਹਾਡੇ ਫੁਲਵੈਰੀ ਦੇ ਦਾਗ ਨੂੰ ਪਹਿਲਾਂ ਨਾਲ ਫਰਕ ਪਿਆ? ਸੱਚ ਦੱਸਿਓ, ਮੈਨੂੰ ਲੱਗਦਾ ਨਹੀਂ ਬੰਦਾ ਘਰੋਂ ਰੋਟੀ ਵੀ ਖਾ ਕੇ ਆਇਆ। ਆਪਾਂ ਸਰਦਾਰ ਜੀ ਨੂੰ ਪੁੱਛਦੇ ਆ, ਸਰਦਾਰ ਜੀ ਸੱਚ ਦੱਸਿਓ, ਪੱਗ ਬੰਨੀ ਹੋਈ ਹੈ ਸਰਕਾਰ ਵਿੱਚ, ਕੀ ਇਸ ਬੰਦੇ ਦੀ ਫੁਲਵੈਰੀ ਦੇ ਦਾਗ ਨੂੰ ਫਰਕ ਪਿਆ? ਮੈਡਮ ਜੇ ਇਹਨੂੰ ਫਰਕ ਨਾ ਪਿਆ ਹੁੰਦਾ ਤਾਂ ਦੂਜੀ ਵਾਰੀ ਇਹਨੇ ਮੇਰੇ ਨਾਲ ਨਹੀਂ ਆਉਣਾ ਸੀ। ਲੋ ਜੀ, ਚਾਂਸਲ ਕਲੀਨਿਕ ਦੀਆਂ ਤਰੀਫਾਂ ਦੇ ਪੁੰਨ ਬਣਦੇ ਹੋਏ ਇੱਕ ਹੋਰ ਮਰੀਜ਼ ਦੇ ਨਾਲ ਉਹਨਾਂ ਦੇ ਗਵਾਹ ਵੀ ਬੈਠੇ ਨੇ ਜੋ ਉਹਨਾਂ ਨੂੰ ਲੈ ਕੇ ਆਏ ਨੇ ਕਿ ਫੁਲਵੈਰੀ ਦੇ ਦਾਗ ਨੂੰ ਫਰਕ ਪਿਆ। ਬਾਹਰ ਬੈਨਰ ਦੇ ਉੱਤੇ ਲਿਖਿਆ ਹੈ ਮੋਗਿਆਂ ਦੀ ਦਵਾਈ ਵੀ ਲਵੋ। ਮੋਗਿਆਂ ਦੀ ਵੀ ਦਵਾਈ, ਮੋਗੇ ਵੀ ਮੋਗੇ ਦੀ ਠੀਕ ਕਰਤੇ ਜਾਂਦੇ ਆ, ਦਵਾਈ ਲਾ ਕੇ ਉਸੇ ਟਾਈਮ ਤੇ ਝਾੜ ਦਿੱਤੇ ਜਾਂਦੇ ਆ ਐਟ ਦੀ ਸਪੋਟ। ਹਾਂਜੀ ਹਾਂਜੀ। ਤੇ ਹੁਣ ਇਹ ਦੱਸੋ ਕਿ ਮੋਗੇ ਦੀ ਦਵਾਈ ਦੇ ਲਈ ਕੋਈ ਪਰਮਾਨੈਂਟ ਇਲਾਜ ਹੈ? ਪਰਮਾਨੈਂਟ ਨਹੀਂ ਤਾਂ ਆਮ ਵੀ ਚੱਲਦਾ ਵਾ, ਮੋਗਿਆਂ ਦੇ ਕੋਈ ਐਡੀ ਗੱਲ ਨਹੀਂ ਗੀ, ਲੇਕਿਨ ਅਸੀਂ ਜਿਹੜਾ ਔਨ ਦੀ ਸਪੋਟ ਹੀ ਠੀਕ ਕਰ ਦਿੰਦੇ ਆ। ਤੇ ਜੇਕਰ ਆਪਾਂ ਫੁਲਵੈਰੀ ਦੀ ਗੱਲ ਕਰੀਏ, ਮੰਨ ਲਓ ਤੁਹਾਡੇ ਤੋਂ ਕੋਈ ਫੁਲਵੈਰੀ ਦੀ ਦਵਾਈ ਲੈਂਦਾ ਤਾਂ ਉਹਦੀ ਜਿਹੜੀ ਫੁਲਵੈਰੀ ਦੀ ਪ੍ਰੋਬਲਮ ਹੈ ਸਕਿਨ ਦੀ, ਕਿੰਨੇ ਸਮੇਂ ਵਿੱਚ ਖਤਮ ਹੁੰਦੀ ਜਾਂ ਤੁਸੀਂ ਸਾਰੇ ਨੂੰ ਚਿੱਟਾ ਕਰ ਦਿੰਦੇ ਹੋ? ਨਹੀਂ 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 ਮੈਡਮ, ਇਸ ਤਰ੍ਹਾਂ ਨਹੀਂਗਾ। ਅਸੀਂ ਉਹਦੇ ਪਹਿਲਾਂ ਇੱਕ ਦੋ ਦਾਗ ਫ੍ਰੀ ਠੀਕ ਕਰਕੇ ਸੈਂਪਲ ਦੇ ਤੌਰ ਤੇ ਠੀਕ ਕਰਦੇ ਆ। ਉਹਨੂੰ ਕਹਿੰਦੇ ਆ ਘਰੇ ਜਾ ਕੇ ਹੋਰ ਕਿਸੇ ਤੋਂ ਸਲਾਹ ਲੈ, ਫਿਰ ਸਾਡੇ ਕੋਲ ਆਈ। ਜਦੋਂ ਉਸ ਤੋਂ ਬਾਅਦ ਅਸੀਂ ਫਿਰ ਦਵਾਈ ਦਿੰਦੇ ਆ ਲਾਉਣ ਵਾਸਤੇ ਤੇ ਖਾਣ ਵਾਸਤੇ, ਤੇ ਉਹ ਜਿਹੜੀ ਦਵਾਈ ਦੇ ਨਾਲ ਉਹ 3 ਤੋਂ 4 ਮਹੀਨਿਆਂ ਦੇ ਵਿੱਚ ਸਾਰਾ ਕਵਰ ਹੋ ਜਾਂਦਾ। ਮੇਰੇ ਕੋਲ ਫੋਟੋਆਂ ਨੇ, ਸਨੈਪ ਨੇ ਵਿੱਚ ਸਾਰੀਆਂ ਮੂਵੀਆਂ ਬਣਾਈਆਂ ਹੋਈਆਂ ਨੇ, ਉਹ ਤੁਹਾਨੂੰ ਸਾਰੀਆਂ ਮੈਂ ਦਿਖਾ ਦਿੰਦਾ। ਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਖਾਜ ਖੁਜਲੀ ਵਾਲੇ, ਤੁਹਾਡੇ ਕੋਲ ਪਹੁੰਚ ਰਹੇ ਨੇ ਜੈਂਟਸ ਬੈਠੇ ਹੋਏ ਸੀਗੇ, ਕਿ ਸੱਚ ਵਿੱਚ ਇਹ ਖਾਜ ਦੀ ਬਿਮਾਰੀ ਦਾ ਇਲਾਜ ਪਰਮਾਨੈਂਟ ਹੈ ਜਾਂ ਟੈਂਪਰੇਰੀ ਹੈ? ਨਹੀਂ ਮੈਡਮ, ਜੇ ਇਹ ਦਵਾਈ 3 ਮਹੀਨੇ ਲਗਾਤਾਰ ਖਾਧੀ ਜਾਂਦੀ ਹੈ ਤਾਂ ਦਵਾਈ ਦਾ ਪੱਕਾ ਇਲਾਜ ਹੋ ਜਾਂਦਾ ਵਾ, ਬਿਮਾਰੀ ਸਾਰੀ ਠੀਕ ਹੋ ਜਾਂਦੀ ਹੈ। ਜੇ ਉਹਨੂੰ ਤੁਸੀਂ ਮਹੀਨਾ 15 ਦਿਨ ਖਾ ਕੇ ਠੀਕ ਕਰ ਲਓਗੇ, ਠੀਕ ਹੋ ਜਾਊਗੀ, ਤੇ ਮੁੜ ਕੇ ਦਵਾਈ ਛੱਡ ਦੋਗੇ ਤਾਂ ਫਿਰ ਦੁਬਾਰੇ ਹੋ ਜਾਂਦਾ। ਚਾਂਸਲ ਕਲੀਨਿਕ ਲੁਧਿਆਣਾ ਦੇ ਵਿੱਚ ਗਰੀਬ ਜਨਤਾ ਨੂੰ ਕਿਸ ਤਰ੍ਹਾਂ ਬੇਵਕੂਫ ਬਣਾਇਆ ਜਾ ਰਿਹਾ, ਆਓ ਆਪਾਂ ਪੁੱਛਦੇ ਹਾਂ। ਕਿੱਥੇ ਆਏ ਹੋ ਤੁਸੀਂ ਜੀ? ਇੱਥੇ ਰਹਿੰਦੇ ਜੀ, ਅਬਦੁੱਲਾਪੁਰ। ਤੇ ਇੱਥੇ ਚਾਂਸਲ ਕਲੀਨਿਕ ਕੀ ਕਰ ਰਹੇ ਬੈਠੇ? ਮੈਂ ਜੀ ਆ ਦਵਾ ਲੈਣ ਆਇਆ। ਕਿਸ ਚੀਜ਼ ਦੀ? ਚਮੜੀ ਦਾ। ਚਮੜੀ ਨੂੰ ਕੀ ਹੋ ਗਿਆ ਤੁਹਾਨੂੰ? ਖਾਜ ਹੁੰਦੀ ਜੀ ਬਹੁਤ। ਕਿੰਨੇ ਸਮੇਂ ਤੋਂ? ਇਹ ਮਹੀਨਾ ਹੋ ਗਿਆ ਜੀ। ਤੇ ਦਵਾਈ ਲੈਂਦੇ ਹੋਏ ਤੁਹਾਨੂੰ ਕੋਈ ਹੋਰ ਵਧੀਆ ਡਾਕਟਰ ਨਹੀਂ ਮਿਲਿਆ ਕਿ ਲੁਧਿਆਣਾ ਦਾ? ਇਸ ਸਾਲ ਸੇ ਖਾਜ ਹੋ ਰਹੀ ਹੈ, ਬਹੁਤ ਦਵਾਈ ਕਿਹਾ ਨਹੀਂ ਆਰਾਮ ਹੋਗਾ, ਯਹਾਂ ਸੇ ਆਰਾਮ ਹੋਗਾ ਹਮਕੋ। ਤੇ ਕਿੰਨੇ ਸਮੇਂ ਤੋਂ ਤੁਹਾਨੂੰ ਇੱਥੇ ਆਰਾਮ ਆਇਆ ਦਵਾਈ? ਮੈਨੂੰ ਹਮੇ ਹਫਤਾ ਕੇ ਬਾਅਦ ਆਰਾਮ ਹੋਣੇ ਲੱਗਾ ਜੀ। ਸੱਚ ਬੋਲੋ? ਹਾਂਜੀ ਹਾਂਜੀ। ਲਓ ਜੀ, ਚਮੜੀ ਦੇ ਰੋਗਾਂ ਦਾ ਮਾਹਰ ਚਾਂਸਲ ਕਲੀਨਿਕ, ਜਿੱਥੋਂ ਸਕਿਨ ਦੇ ਸਪੈਸ਼ਲਿਸਟ ਜਿਹੜੇ ਨੇ ਫੇਲ ਕਰ ਦਿੱਤੇ ਗਏ ਨੇ, ਦੇਸੀ ਦਵਾਖਾਨਾ ਚਾਂਸਲ ਕਲੀਨਿਕ ਵਾਲੇ ਚਮੜੀ ਦੇ ਰੋਗਾਂ ਦੀ ਦਵਾਈ ਦਿੰਦੇ ਆ। ਚਾਂਸਲ ਕਲੀਨਿਕ ਵਾਲੇ, ਜੇਕਰ ਗੱਲ ਕਰੀਏ ਦੇਸੀ ਦਵਾਈਆਂ ਦੀ ਤਾਂ ਇਹ ਬਹੁਤ ਮਹਿੰਗੀਆਂ ਹੁੰਦੀਆਂ ਨੇ, ਗਰੀਬ ਬੰਦਾ ਵਜਨ ਨਹੀਂ ਚੁੱਕ ਸਕਦਾ। ਨਹੀਂ ਮੈਡਮ, ਅਸੀਂ ਇਸ ਤਰ੍ਹਾਂ ਵਾ, ਅਸੀਂ ਟਾਈਮ ਟੂ ਟਾਈਮ ਜਿਹੜੇ ਕੈਂਪ ਲਾਉਂਦੇ ਆ, ਫ੍ਰੀ ਕੈਂਪ ਦੇ ਵਿੱਚ ਅਸੀਂ ਜਿਹੜੇ ਪੇਸ਼ੈਂਟ ਆਉਂਦੇ ਨੇ, ਗਰੀਬ ਪੇਸ਼ੈਂਟ ਹੁੰਦੇ ਆ, ਤੇ ਅਸੀਂ ਉਹਨਾਂ ਨੂੰ ਫ੍ਰੀ ਦਵਾਈਆਂ ਵੀ ਦਿੰਦੇ ਆ। ਇਹ ਅਸੀਂ ਜੇ ਕੋਈ ਇੱਥੇ ਨਹੀਂ ਭਰ ਸਕਦਾ ਤਾਂ ਉਹਨੂੰ 50% ਡਿਸਕਾਊਂਟ ਵੀ ਦੇ ਦਈਦਾ ਵਾ, ਨਹੀਂ ਤਾਂ ਉਹਨੂੰ ਕੈਂਪ ਦੇ ਵਿੱਚ ਬੁਲਾ ਲਈਦਾ, ਕੈਂਪ ਦੇ ਵਿੱਚ ਉਹ ਸਾਰੀ ਦਵਾਈ ਉਹਨੂੰ ਫ੍ਰੀ ਮਿਲ ਜਾਂਦੀ। ਚਾਂਸਲ ਕਲੀਨਿਕ ਦੇ ਸੰਬੰਧ ਦੇ ਵਿੱਚ ਲੁਧਿਆਣਾ ਹੀ ਨਹੀਂ ਪਟਿਆਲੇ ਦੇ ਵਿੱਚ ਵੀ ਇਹ ਸੁਣਨ ਨੂੰ ਮਿਲਿਆ ਸੀ ਕਿ ਚਾਂਸਲ ਕਲੀਨਿਕ ਦੇ ਵਿੱਚ ਲੋਕਾਂ ਨੂੰ ਝੂਠਾ ਝਾਂਸਾ ਦੇ ਕੇ ਪੈਸੇ ਠੱਗੇ ਜਾਂਦੇ ਨੇ, ਪਰ ਜਦੋਂ ਸਾਡੀ ਅੱਜ ਟੀਮ ਇੱਥੇ ਪਹੁੰਚੀ ਤੇ ਅਸੀਂ ਆਪ ਇੱਥੇ ਆ ਕੇ ਦੇਖਿਆ ਤੇ ਬਾਹਰ ਮਰੀਜ਼ਾਂ ਨੂੰ ਵੀ ਮਿਲੇ ਤਾਂ ਇੰਜ ਲੱਗਿਆ ਕਿ ਨਹੀਂ, ਚਾਂਸਲ ਕਲੀਨਿਕ ਦੇ ਵਿੱਚ ਮਰੀਜ਼ ਠੀਕ ਹੁੰਦੇ ਨੇ। ਪਰ ਆਪਾਂ ਆਓ ਡਾਕਟਰ ਸਾਹਿਬ ਦੇ ਨਾਲ ਦੁਬਾਰਾ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਕਿਉਂ ਕਿਹਾ ਜਾਂਦਾ ਹੈ ਕਿ ਡਾਕਟਰ ਚਾਂਸਲ ਦੇ ਕਲੀਨਿਕ ਵਿੱਚ ਕੁਝ ਮਰੀਜ਼ ਠੀਕ ਨਹੀਂ ਹੁੰਦੇ। ਇਹ ਦੱਸੋ ਕਿ ਤੁਹਾਡੇ ਇੱਥੇ ਇਹ ਕਿਉਂ ਸੁਣਨ ਵਿੱਚ ਆਉਂਦਾ ਹੈ ਕਿ ਕੁਝ ਮਰੀਜ਼ ਠੀਕ ਨਹੀਂ ਹੁੰਦੇ? ਕਿਸੇ ਵੀ
ਡਾਕਟਰ ਕੋਲ ਕੋਈ ਰੱਬ ਨਹੀਂ ਗਾ, ਜੇ ਉਹ ਦਵਾਈ ਪੂਰੇ ਟਾਈਮ ਨਾਲ ਖਾਂਦਾ ਵਾ ਤਾਂ ਉਹ ਠੀਕ ਹੋਊਗਾ, ਨਹੀਂ ਤਾਂ ਹਰੇਕ ਹੋਸਪਿਟਲ ਦੇ ਵਿੱਚੋਂ ਵੀ ਪੂਰੇ 100% ਨਹੀਂ ਸਹੀ ਹੁੰਦੇ। ਜਿਹੜੇ ਪੇਸ਼ੈਂਟ ਸਾਡੇ ਕੋਲੋਂ ਲਗਾਤਾਰ ਦਵਾਈ ਖਾਂਦੇ ਨੇ ਸਵੇਰੇ ਦੁਪਹਿਰੇ ਸ਼ਾਮ ਜਾਂ ਸਵੇਰੇ ਸ਼ਾਮ ਲਗਾਤਾਰ ਟਾਈਮ ਨਾਲ ਪਰਹੇਜ਼ ਰੱਖਦੇ ਆ, ਉਹ 100% ਸਹੀ ਹੁੰਦੇ ਨੇ। ਹੁਣ ਵਿੱਚ ਕੋਈ ਪੇਸ਼ੈਂਟ ਜਿਹੜੇ ਵਿੱਚ ਪਰਹੇਜ਼ ਨਹੀਂ ਰੱਖਦੇ ਜਾਂ ਦੂਰੋਂ ਨਹੀਂ ਆ ਸਕਦੇ, ਕੋਈ ਪ੍ਰੋਬਲਮ ਆ ਜਾਂਦੀ ਹੈ, ਪੈਸੇ ਦੀ ਪ੍ਰੋਬਲਮ ਆ ਜਾਂਦੀ ਹੈ, ਉੱਥੇ ਉਹ ਪੇਸ਼ੈਂਟ ਜਿਹੜੇ 10-15% ਜਿਹੜੇ ਉਹ ਰਹਿ ਜਾਂਦੇ ਨੇ ਜਿਹੜੇ ਨਹੀਂ ਠੀਕ। ਡਾਕਟਰ ਬਲਜੀਤ, ਇੱਕ ਹੋਰ ਜਾਣਕਾਰੀ ਦਿਓ, ਤੁਹਾਡੀ ਬਾਹਰ ਰਿਸੈਪਸ਼ਨਿਸਟ ਨਾਲ ਗੱਲਬਾਤ ਹੋਈ, ਉਹਨੇ ਸਾਨੂੰ ਰੋਕਿਆ, ਹੈਨਾ? ਸਾਨੂੰ ਤਾਂ ਇੰਝ ਲੱਗਿਆ ਕਿ ਅੰਦਰ ਪਤਾ ਨਹੀਂ ਕੋਈ ਹੋਰ ਸਿਸਟਮ ਚੱਲ ਰਿਹਾ ਜਿਹੜਾ ਮੈਡਮ ਰੋਕ ਰਹੀ ਹੈ, ਹੈਨਾ? ਤੇ ਇਸ ਤਰ੍ਹਾਂ ਦਾ ਮਤਲਬ ਕਿਉਂ ਬਾਹਰ ਮਾਹੌਲ ਹੈ? ਉਹਨੇ ਆ ਬਣਾਤਾ ਵੀ ਨਹੀਂ ਨਹੀਂ ਤੁਸੀਂ ਅੰਦਰ ਨਹੀਂ ਜਾਣਾ, ਜਿਵੇਂ ਤੁਸੀਂ ਅੰਦਰ ਅੰਗਰੇਜ਼ੀ ਦਵਾਈਆਂ ਦਿੰਦੇ ਹੋ। ਜਿਹੜਾ ਪੇਸ਼ੈਂਟ ਆ ਨਾ, ਜਦੋਂ ਕੋਈ ਆਉਂਦਾ ਵਾ ਤਾਂ ਉਹਦੇ ਨਾਲ ਅਸੀਂ ਕਲੋਜ਼ ਗੱਲਾਂ ਵੀ ਕੁਝ ਕਰਨੀਆਂ ਹੁੰਦੀਆਂ, ਉਹਨੇ ਆਪਣੀ ਬਿਮਾਰੀ ਦੱਸਣੀ ਹੁੰਦੀ ਆ। ਜੇ ਇਸ ਤਰ੍ਹਾਂ ਹਰ ਕੋਈ ਲਗਾਤਾਰ ਹੀ ਆਈ ਜਾਊਗਾ ਤਾਂ ਡਿਸਟਰਬ ਹੋ ਜਾਊਗਾ, ਉਹ ਪੇਸ਼ੈਂਟ ਨਹੀਂ ਦੱਸ ਸਕਦਾ। ਅਸੀਂ ਇੱਕ ਇੱਕ ਕਰਕੇ ਪੇਸ਼ੈਂਟ ਨੂੰ ਅਟੈਂਡ ਕਰੀਦਾ ਵਾ, ਉਹਨੂੰ ਪੂਰੀ ਤਸੱਲੀ ਕਰਾਈਦੀ ਆ, ਫਿਰ ਅੱਗੇ ਅਸੀਂ। ਤੁਸੀਂ ਯਾਰ ਆਪਣਾ ਫੋਨ ਬੰਦ ਕਰ ਲਓ, ਹੈ ਨਾ? ਆਪਾਂ ਨੂੰ ਡਿਸਟਰਬੈਂਸ ਦੇ ਰਿਹਾ। ਆਪਾਂ ਚਾਂਸ ਆਪਾਂ ਡਾਕਟਰ ਬਲਜੀਤ ਸਿੰਘ ਚਾਂਸਲ ਜੀ ਦਾ ਜਾਣਕਾਰੀ ਲੈਂਦੇ ਹਾਂ ਕਿ ਇਹਨਾਂ ਦੇ ਕੋਲ ਮਰੀਜ਼ ਕਿਹੜੀ ਕਿਹੜੀ ਬਿਮਾਰੀ ਦੇ ਜ਼ਿਆਦਾਤਰ ਪਹੁੰਚਦੇ ਨੇ, ਜ਼ਿਆਦਾ ਮਰੀਜ਼ ਕਿਹੜੀ ਕਿਹੜੀ ਬਿਮਾਰੀ ਦੇ ਪਹੁੰਚਦੇ ਆ ਸਾਡੇ ਕੋਲ? ਜਿਹੜੇ ਮਰੀਜ਼ ਨੇ ਫੁਲਵੈਰੀ ਦਾ ਚੰਬਲ ਮੌਕੇ ਤੇ ਗੰਜਾਪਣ ਦੇ ਤੇ ਜਿਹੜੀ ਖੋਜਾ ਦਾੜੀ ਆ ਸ਼ਾਹੀਆਂ ਦੇ ਬਵਾਸੀਰ ਦੇ, ਇਹ ਪੇਸ਼ੈਂਟ ਸਾਡੇ ਕੋਲ ਜ਼ਿਆਦਾ ਆਉਂਦੇ ਨੇ, ਮੋਸਟਲੀ ਅਸੀਂ ਇਹਨਾਂ ਨੂੰ ਅਟੈਂਡ ਕਰੀਦਾ ਵਾ। ਇਹ ਪੇਸ਼ੈਂਟ ਸਾਡੇ ਕੋਲ ਤਕਰੀਬਨ ਆਲ ਪੰਜਾਬ ਕੀ ਆਲ ਵਰਲਡ ਤੋਂ ਆਉਂਦੇ। ਡਾਕਟਰ ਬਲਜੀਤ ਚਾਂਸਲ ਨੂੰ ਮਿਲ ਕੇ ਸਾਡੀ ਤਾਂ ਤਸੱਲੀ ਹੋ ਗਈ ਆ। ਹੁਣ ਤੁਸੀਂ ਯਾਦ ਰੱਖੋ, ਪੰਜਾਬ ਦੇ ਵਿੱਚ ਜਿਸ ਕਿਸੇ ਨੂੰ ਵੀ ਦਾਗ, ਖਾਜ, ਖੁਜਲੀ ਜਾਂ ਫੁਲਵੈਰੀ ਦੀ ਸਮੱਸਿਆ ਹੈ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਫੌਜੀ ਮਹੱਲਾ ਨੇੜੇ ਬੱਸ ਸਟੈਂਡ ਦੀ ਦੀਵਾਰ ਦੇ ਨਾਲ ਹੀ ਉਹਨਾਂ ਦਾ ਕਲੀਨਿਕ ਹੈ, ਫੌਜੀ ਮਹੱਲੇ ਦੇ ਵਿੱਚ ਚਾਂਸਲ ਕਲੀਨਿਕ, ਯਾਦ ਰੱਖੋ। ਤੇ ਨੰਬਰ ਨੋਟ ਕਰ ਲਓ, ਜਿਹੜਾ ਦਵਾ ਦਾ ਪੈਨ ਤੇ ਕਾਪੀ ਚੱਕੋ, 9463716487। ਹੁਣ ਆਪਣੇ ਪੰਜਾਬੀ ਵੀਰਾਂ ਨੂੰ ਜਿਨ੍ਹਾਂ ਨੂੰ ਪੰਜਾਬੀ ਬੜੇ ਸਾਫ ਸ਼ਬਦਾਂ ਚ ਸਮਝ ਆਉਂਦੀ ਹੈ, ਨੰਬਰ ਨੋਟ ਕਰ ਲਓ ਆਪਣੇ ਆਪਣੇ ਫੋਨਾਂ ਦੇ ਵਿੱਚ, 9463716487 9463716487, ਫੌਜੀ ਮਹੱਲਾ ਨੇੜੇ ਬੱਸ ਸਟੈਂਡ ਲੁਧਿਆਣਾ, ਨਾਮ ਕੀ? ਚਾਂਸਲ ਕਲੀਨਿਕ, ਫੁਲਵੈਰੀ ਦੇ ਮਾਹਰ ਡਾਕਟਰ ਬਲਜੀਤ। ਨੰਬਰ ਫਿਰ ਦੁਬਾਰਾ ਨੋਟ ਕਰ ਲਓ, 9463716487 ਨੇੜੇ ਬੱਸ ਸਟੈਂਡ, ਫੌਜੀ ਮਹੱਲਾ ਲੁਧਿਆਣਾ ਤੇ ਦੇਸੀ ਦਵਾਖਾਨਾ ਦੇ ਮਾਹਰ ਡਾਕਟਰ ਬਲਜੀਤ ਚਾਂਸਲ।